ਘਰ ਵਿਖੇ ਗੁਰੂ ਕੀ ਬਾਣੀ ਦੇ ਵਾਰਾ ਕੋਈ ਕੀਰਤਨ ਹੋਏ ਨੇ, ਗੁਰੂ ਵਿਚਾਰਾਂ ਹੋਈਆਂ ਨੇ ਗੁਰੂ ਪਾਤਸ਼ਾਹ ਜੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਨੇ, ਕਿਰਪਾ ਕਰਨੀ ਸੁੱਚੀ ਬਾਣੀ ਪੜ੍ਹੀ ਸੁੱਚੀ ਬਾਣੀ ਦਾ ਭਾਵ ਬਖਸ਼ਿਸ਼ ਕਰਾਉਣਾ, ਪਿਛੇ ਪਰਿਵਾਰ ਨੂੰ ਡੇਰਾ ਕੀਆ ਮਿੱਠਾ ਲਾ ਕੇ ਅਰਨਾਥ ਦਾਰ ਅਨਾਥ ਮੰਗੇ ਪਾੜਨ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਵੀ ਛਕੇ ਆਪ ਜੀ ਦਾ ਵਾਹਿਗੁਰੂ 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 ਨਾਮ ਜਪੇ ਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਇਸ ਵੇਲੇ ਸਮੂਹ ਪਰਿਵਾਰ ਨੂੰ ਆਈ ਹੋਈ ਸੰਗਤ ਨੂੰ ਪਾਪ ਪਾਣੀ ਆ ਰਹੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਝ ਹੈ ਬੋਝ ਸਬਦ ਮੈਂ ਪਰਾਜ ਕਰੇਗਾ ਖਾਲਸਾ ਰਾਖੀ ਵਾਰ ਹੋਏ ਸਭ ਮਿਲੇਗੇ ਬਚੇ ਸਰ ਨਾਮ ਜਹਾਜ ਹੈ ਜਿਹੜੇ ਸੁਤਰੇ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰ ਜਿੱਥੋਂ ਤੱਕ ਅਸੀਂ ਸਰਦਾਰ ਮੁਕਤਸਰ ਸਿੰਘ ਸਿੱਧੂ ਸਾਹਿਬ ਦੀ ਗੱਲ ਕਰਦੇ ਹਾਂ, ਉਹਨਾਂ ਦਾ ਜਿਹੜਾ ਸਮੁੱਚਾ ਜੀਵਨੀ ਬਹੁਤ ਵਧੀਆ ਚੰਗੇ ਇਨਸਾਨਾਂ ਵਾਲਾ ਸੀ, ਸੁਭਾਅ ਬੜਾ ਮਿੱਠ ਬੋਲੜਾ ਸੀ। ਬੇਸ਼ੱਕ ਉਹਨਾਂ ਤੋਂ ਕਿੰਨਾ ਵੀ ਕੋਈ ਛੋਟੀ ਉਮਰ ਦਾ, ਉਹਨਾਂ ਨੂੰ ਵੀ ਉਹਨਾਂ ਨੇ ਪੂਰਾ ਨਾਂ ਲੈ ਕੇ ਪੂਰੇ ਨਾਂ ਦੇ ਨਾਲ ਸਿੰਘ ਕਹਿ ਕੇ ਜਾਂ ਸਿਉਂ ਕਹਿ ਕੇ ਨਾਲ ਉਹਨਾਂ ਨੇ ਬੁਲਾਉਂਦੇ ਰਹੇ ਆ। ਔਰ ਉਹਨਾਂ ਦੇ ਜਿੱਥੇ ਉਹਨਾਂ ਨੇ ਪਰਿਵਾਰ ਦੇ ਭਲੇ ਦੇ ਪਰਿਵਾਰ ਨੂੰ ਉੱਚਾ ਚੁੱਕਣ ਦੇ ਲਈ ਉਹਨਾਂ ਨੇ ਆਪਣਾ ਵੱਡਾ ਯੋਗਦਾਨ ਪਾਇਆ, ਉੱਥੇ ਨਗਰ ਦੇ ਲਈ ਅਤੇ ਇਲਾਕੇ ਦੇ ਲਈ ਵੀ ਉਹਨਾਂ ਨੇ ਬਹੁਤ ਵਡਮੁੱਲਾ ਯੋਗਦਾਨ ਪਾਇਆ। ਇਹੀ ਕਾਰਨ ਹੈ ਕਿ 1959 ਦੇ ਵਿੱਚ ਉਹ ਸਰਪੰਚ ਬਣੇ ਅਤੇ ਦੋ ਟਰਮਾਂ ਉਹਨਾਂ ਨੇ ਸਰਪੰਚੀ ਕੀਤੀ ਬਹੁਤ ਵਧੀਆ ਢੰਗ ਨਾਲ। ਜਿਹੜੇ ਉਸ ਸਮੇਂ ਵਿਕਾਸ ਕਾਰਜ ਉਹਨਾਂ ਨੇ ਸਮੇਂ 'ਚ ਹੋਏ ਆ ਉਹ ਲੋਕ ਅੱਜ ਵੀ ਯਾਦ ਕਰਦੇ ਆ। ਇਸੇ ਤਰ੍ਹਾਂ ਹੀ ਜਿਹੜਾ ਉਹਨਾਂ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ ਔਰ ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਰਹੀ, ਲੈਂਡ ਮਾਰਗੇਜ ਬੈਂਕ ਦੇ ਡਾਇਰੈਕਟਰ ਰਹੀ। ਇਹੋ ਜਿਹੜਾ ਮਾਣ ਉਹਨਾਂ ਨੂੰ ਉਹਨਾਂ ਦੀ ਸ਼ਖਸੀਅਤ ਸਦਕਾ ਉਹਨਾਂ ਦੁਆਰਾ ਕੀਤੇ ਗਏ ਕੰਮਾਂ ਸਦਕਾ ਹੀ ਮਿਲਿਆ। ਉਹਨਾਂ ਨੇ ਆਪਣੇ 9 ਦਹਾਕਿਆਂ ਦੀ ਉਮਰ ਦੇ ਵਿੱਚ ਇੱਕ ਜਿਹੜੇ ਆਪਾਂ ਕਹਿੰਦੇ ਚੰਗਾ ਨਾਮ ਨਾਲ ਕੱਟਿਆ ਇਸ ਪਰਿਵਾਰ ਦਾ, ਸਿੱਧੂ ਪਰਿਵਾਰ ਦਾ ਨਾਂ ਪੂਰੇ ਇਲਾਕੇ ਦੇ ਵਿੱਚ ਜਿਹੜੀ ਦੂਰ ਦੂਰ ਤੱਕ ਉਹਨਾਂ ਨੇ ਰੋਸ਼ਨ ਕੀਤਾ। ਇਹੀ ਕਾਰਨ ਹੈ ਕਿ ਅੱਜ ਵੀ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਜਿਹੜੇ ਹੈਗੇ ਆ ਹਰ ਸਿਆਸੀ ਸੋਚ ਵਾਲੇ ਅਤੇ ਹੋਰ ਵੱਖੋ ਵੱਖਰੇ ਜਿਹੜੇ ਹੈਗੇ ਆ। ਸਤਿ ਸ਼੍ਰੀ ਅਕਾਲ।
उस नदी का पानी उस नदी का बहाव दो हिस्सों में वंडिया गया। तद गुरु नानक पातशाह जी ने पंक्तियां उच्चारण कीतियां नदियां वाह विशुनिया मेला संजोगी राम जुग जुग मीठा विश्व भर है को जाने। नानक जी कहते सतगुरु आपकी बाणी द्वारा की वचन उच्चारण कर रहे हो। सतगुरु कहते देख मुरदाने इसे तरह ये जीव अकाल पुरख नालों बड़े जन्मां दा विछड़िया होया है इहो माया दे विच ऐसा करताल होया। सतगुरु कहते मुरदाने संसार दे पदार्थ जिन्हां नूं इह मिठे करके मनदा पिया है इन दिन उकड़न परे जहर परे हो जाते ने। मुरदाने वाहिगुरु जी के नाम नाल इंसान क्यों नहीं जुड़ता क्योंकि बड़े जन्मां दा विछड़िया होया। भगत रघुनाथ जी भी कहते ने थके पया पुराना चोला
ਆਇਆ ਪੁਰਾਣਾ ਟੋਲਾ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤ ਨਾ ਪਈਏ ਹੋਏ ਨਾਨਕ ਸੁੱਤੀ ਪਈ ਐ ਜਾਨ ਵਿਰਤੀ
ਘਰ ਵਿਖੇ ਗੁਰੂ ਕੀ ਬਾਣੀ ਦੇ ਵਿਚਾਰ ਕੋਈ ਕੀਰਤਨ ਹੋਏ ਨੇ, ਗੁਰੂ ਵਿਚਾਰਾਂ ਹੋਈਆਂ ਨੇ ਗੁਰੂ ਪਾਤਸ਼ਾਹ ਜੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਨੇ, ਕਿਰਪਾ ਕਰਨੀ ਗੁਰੂ ਕੀ ਬਾਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਤੁਸੀਂ ਹੋਏ ਗੁਰੂ ਬਖਸ਼ਿਸ਼ ਕਰਾਉਣਾ, ਪਿਛੇ ਪਰਿਵਾਰ ਨੂੰ ਤੇਰਾ ਕੀਆ ਮਿੱਠਾ ਲਾ ਕੇ ਹਰਨਾਥ ਦਵਾਰ ਨਾਥ ਮਾਣੀਏ ਪਾੜਨ ਕਰਕੇ ਗੁਰੂ ਦਾ ਬਲ ਗੁਰੂ ਬਖਸ਼ਿਆ ਗੁਰੂ ਪਾਤਸ਼ਾਹ। ਇਸੇ ਹੀ ਨਿੱਤ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਪਛਾਕੇ ਭੇਟ ਕੀਤੇ ਜਾਂਦੇ ਨੇ, ਆਪ ਜੀ ਅੱਗੇ ਪਿਆਰ ਕਰੋ। ਸੇਵਕਾਂ ਦੇ ਲੋਕ ਗੁਰੂ ਘਰ ਦੇ ਕਦਰੇ ਦਰਸ਼ਨੀ ਭੇਟਾਂ ਮਾਇਆ ਕਰਦੇ ਹਾਜ਼ਰ ਪ੍ਰਵਾਨ ਕਰਨੀ ਪ੍ਰਵਾਨ ਕਰਨੀ ਗੁਰੂ ਪਾਤਸ਼ਾਹ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਜਾਂ ਕੜਾਹ ਪ੍ਰਸ਼ਾਦੀ ਦੇ ਸਜਾ ਕੇ ਹਾਜ਼ਰ ਹੈ। ਆਪ ਜੀ ਦੇ ਦਰ ਤੇ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਨੂੰ ਸੰਗਤ ਵਿੱਚ ਵਰਤੇ ਜੋ ਵੀ ਛਕੇ ਆਪ ਜੀ ਦਾ ਵਾਹਿਗੁਰੂ 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 ਨਾਮ ਜਪੇ ਗੁਰੂ ਪਾਤਸ਼ਾਹ ਜੀ ਕਿਰਪਾ ਕਰੋ। ਇਸ ਵੇਲੇ ਸਮੂਹ ਪਰਿਵਾਰ ਨੂੰ ਆਈ ਹੋਈ ਸੰਗਤ ਨੂੰ ਪਾਵਨ ਬਾਣੀ ਵਿੱਚ ਹੁਕਮਨਾਮੇ ਬਖਸ਼ ਕੇ ਨਤਿਸ਼ੀ ਜਾਏ ਕਲਾ ਆਪ ਜੀ ਕੀ ਵਰਤੇ ਸੀ ਪਿਆਰੇ ਮੇਰ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਜਿੱਤਿਆ ਵੈ ਨਾਨਕ ਨਾਮ ਹਰੀ ਕਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਗਿਆ ਤਈਆ ਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਤ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਝ ਹੈ ਬੋਝ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਵਾਰ ਹੋਏ ਸਭ ਮਿਲੇਗੇ ਬਚੇ ਸਰ ਵਾਹਿਗੁਰੂ ਨਾਮ ਜਹਾਜ ਹੈ ਜਿਹੜੇ ਸੁਤਰੇ ਜੋ ਸ਼ਰਧਾ ਕਰ ਸੇਵਦੇ ਗੁਰਪਾਤ ਜੋ ਸ਼ਰਧਾ ਕਰ ਸੇਵਦੇ ਗੁਰਪਾਤ ਉਤਾਰ ਸਜਾਏ ਅੰਧਾਰ ਚਰਨ ਕਮਲ ਆਧਾਰ ਜਾ
जिथे परिवार को बड़ा घाटा पैंदा उत्थे समुचे समाज को भी बहुत बड़ा घाटा पैंदा। और एक बड़ी खूबी सी उन्हां दी कि उन्होंने अपनी सेहत संभाल वाल खास तवज्जो दी। असं देखते रहे कि कुछ समा पहला जिहड़ा हैगा ज़्यादा ढिले होण तों वो जिहड़ा अक्सर ही काफ़ी समा इधर उधर तुर के आपदे जिहड़ा शरीर नूं उन्होंने फिट रखिया ते बहुत महान हस्ती सन। वाहिगुरू खालसा। सुखपत सिंह सिद्धू साहब के दो बेटे दो बेटियां जिते उन्होंने बहुत सुचजे ढंग ने पालना पोषणा की। बड़ा बेटा पैरस के लिए सैट है तो इस तरह जोड़ा हैगा उन्होंने जोड़े ब्रदर से सरदार मकंद सिंह जी वो बेबक्त की मौत उन्होंने हो गई तो उन्होंने बेटे सरदार गुरचरण सिंह जी यूएसए तो उन्होंने बेटिया बिल्कुल जोड़ा है उस तो वह अपनी इलाद ना भी वह उन्होंने प्रेम प्यार पालिया तो उन्होंने वधिया जोड़े है संस्कार दिते। यही कारण है कि अच्छे परिवार सारे दुनिया के जाने जाते यह जी महान हस्ती बेशक किसी सियासी सोच के आप नहीं कह सकते बच के रेंगे आते पर इन्होंने जोड़ा है अपना सियासी जीवन जो श्रोमणी अकाली दल जुड़ के पेश किया। पर इन्ह की जी शख्सियत ही सी कि जदों इतने एम एल ए सरदार बचन सिंह पक्षों के सी कांग्रेस के तो उन्होंने इन्हों सर्वसम्मति जिला परिषद का मैंबर बनाया। इस तरह के एक आप सर्व प्रभावित सांझे जोड़े इंसान सन जोड़े सब का भला चाहते सन बेशक सियासी सोच उन्होंने श्रोमणी अकाली दल जुड़ी रही। अंतम अरदास जिथे सारे रिश्तेदार पहुँचे आ परिवार का स्नेह रखने वाले पहुँचे आ होर इलाके संगत नगर दारिया संगत पहुँचिया सारे का असी परिवार की तरफों धन्यवाद करते हैं जिन्होंने उस महान शख्सियत को आगे अपने अकीदत के फुल भेंट किए योजे जे इंसान है युग पुरश होंगे ने तो सदा लोगों के चेत्या बसे रेंगे ने जो उन्होंने पैड़ा पाइया ने वो अमिट होंगे तो रेंदी दुनिया तक रहनगियां।